ਹਾਂ ਤੇ ਮੇਰੇ ਪਿਆਰੇ ਸਾਥੀਓ ਸਤਿ ਸ੍ਰੀ ਅਕਾਲ। ਅੱਜ ਮੈਂ ਸਿਮਰਨਜੀਤ ਕੌਰ ਕਲਾਸ ਪੰਜਵੀਂ ਗੋਲਾ ਸਾਡੇ ਸਾਹਮਣੇ ਖਬਰਾਂ ਪੇਸ਼ ਕਰਨ ਜਾ ਰਹੀ ਹਾਂ। ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ। ਪੰਜਵੇਂ ਪੜਾਅ ਲਈ ਚੋਣ ਪ੍ਰਚਾਰ ਬੰਦ ਹੋਗਾ। ਪਾਣੀ ਨੇ ਬੰਗਲਾਦੇਸ਼ ਦਿੱਤੀ ਚਾਦਰ ਤੱਕ 14 ਮਿੰਟਾਂ। ਮਹਾਭਿਸ਼ਟਾਚਾਰ ਨੂੰ ਜਨਮ ਦੇਵੇਗਾ ਮਹਾਂ। ਮੈਂ ਨਾ ਅਸੈਂਬਲੀ ਸੀ ਕਿ ਅੱਧੇ ਘੰਟੇ ਦੇ ਰੂਪ ਤੱਕ ਅਕਾਲੀ ਭਾਰਤ ਦਾ ਵਫ਼ਦ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਨਾਲ ਮੁਲਾਕਾਤ। ਮਨਜ਼ੂਰ ਦੇਵਾ ਸਕੂਲ ਦੇ ਵਿਦਿਆਰਥਣ ਅਮਨਜੀਤ ਕੌਰ ਅਤੇ ਅਮਰਜੀਤ ਕੌਰ ਨੂੰ ਪਹਿਲਾ ਸਥਾਨ। ਅਕਾਲੀ ਭਾਰਤ ਦਾ ਇਹ ਉਮੀਦਵਾਰ ਨੂੰ ਲੋਕ ਸਭਾ ਸਿਖਾਉਣਗੇ ਜਾਰੀ ਗਏ। ਅਕਾਲੀ ਆਗੂ ਗੁਰਮੀਤ ਸਿੰਘ ਸੰਧੂ ਜੋ ਹਰੀਫਲ ਨੂੰ ਸਦਮਾ ਫੜਨ ਦੀ ਮੌਤ। ਪ੍ਰਦੂਸ਼ਣ ਨੂੰ ਲੈ ਕੇ ਐਨ ਜੀ ਡੀ ਵੱਲੋਂ ਟ੍ਰੀਟਮੈਂਟ ਪਲਾਟਾਂ ਦੇ ਨਿਯਮ ਹੋ ਸਕਣ। ਭਾਈ ਰੋਜ਼ਾਨਾ ਵੱਲੋਂ ਅਕਾਲੀ ਭਾਜਪਾ ਦੇ ਹੱਥ ਨੂੰ ਪੁੱਟਣ ਦੀ ਅਪੀਲ। ਸਰਹੱਦ ਪਾਰ ਬੈਠੇ ਤਸਕਰ ਅਤੇ ਆਤੰਕਵਾਦੀ ਸੁਨੇਹੇ ਭੇਜਣ ਲਈ ਇਸਤੇਮਾਲ ਕਰ ਰਹੇ ਹਨ ਟੈਲੀਗ੍ਰਾਮ ਮੈਸੇਜਰ। ਹਾਂ ਕੁਝ ਖੇਡਾਂ ਬਾਰੇ। ਦਿੱਲੀ ਤੋਂ ਰਾਜਸਥਾਨ ਦੇ ਆਪ ਤੋਂ ਬਾਹਰ ਅਰਜੁਨ ਤੈਂਦੁਲਕਰ ਨੇ ਲੱਗੀ ਸਭ ਤੋਂ ਵੱਧ ਬੋਲੀ। ਪਹਿਲਾ ਸਥਾਨ ਬਰਕਰਾਰ ਰੱਖਣ ਲਈ ਪੰਜਾਬ ਖਿਲਾਫ਼ ਮੈਦਾਨ 'ਚ ਉਤਰੇਗੀ ਚੇਨਈ ਸੁਪਰ ਕਿੰਗਜ਼। ਹਾਂ ਕੁਝ ਮੌਸਮ ਦੀ ਜਾਣਕਾਰੀ। ਅਗਲੇ 24 ਘੰਟਿਆਂ ਵਿੱਚ ਖੁਸ਼ਕ ਹਵਾਵਾਂ ਚੱਲਣ ਦੇ ਆਸਾਰ ਹਨ। ਅੱਜ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਹੋਵੇਗਾ ਅਤੇ ਇਸ ਦੇ ਨਾਲ ਹੀ ਮੈਂ ਤੁਹਾਡੇ ਤੋਂ ਜਾਣਦੀ ਅਰਜ਼ੀ ਕਰਦੀ ਹਾਂ। ਧੰਨਵਾਦ।